हुण दवाई भी इन्नी महंगी आंदी है, वह भी नहीं लै सकते, अफोर्ड नहीं कर सकते। मजबूरी घर बन गई, मालक मकान किराया मांगदा सी, असीं फिर मशीन सेल करके तो किराया दे दिता। ਅਸੀਂ ਕਿਸੇ ਦੇ ਘਰਾਂ ਦੇ ਕੰਮ ਕਰਦੇ ਸੀਗੇ। ਅੱਛਾ। ਤੇ ਫਿਰ ਮੈਂ ਬਿਮਾਰ ਹੋਣ ਦੀ ਵਜ੍ਹਾ ਤੋਂ ਮੈਨੂੰ ਪਿਛਲੀ ਗਰਮੀਆਂ 'ਚ ਬਹੁਤ ਜ਼ਿਆਦਾ 2-3 ਵਾਰੀ ਅਟੈਕ ਹੋਇਆ। असलाम वालेकुम सज्जनो, मैं मुआज़म जट ते असी लोगों की खिदमत करने वास्ते एक अहद किया है कि जेडे हकदार ने, जेडे बीमार ने और जिन्हां तिकर वो लोग पहुँच नहीं सकते, बहुत ज़्यादा लोग खिदमत करते हैं, लोगों की मदद भी करते हैं, हेल्प भी करते हैं, लेकिन कुछ लोग एहो जिहे होंदे ने जेडे अपने घर रेंदे ने, ना वो किसी के अगे हाथ फैला सकते हैं, ना वो किसी के कोल जा सकते हैं, ना वो किसी के कोल जा कह सकते हैं कि सानू किसी चीज़ की जरूरत है। तो इस तरह ही असी चिराग टाउन दे विच मुहम्मद अशरफ की फैमिली के नाल मौजूद हाँ और इन्हां दे हालात बहुत ज़्यादा मतलब कि ख़राब ने, क्योंकि वो ये लूमा का काम करते हैं और लूमा का काम तुहानूं पता पाकिस्तान दे विच बिल्कुल ख़त्म होया पिया, तो वह उहदे हवाले नाल बहुत मुश्किल दे विच ने इस वक्त। है वह भाई तो नहीं सानूं मिले, लेकिन उन्हां दी फैमिली घर मौजूद सी, उन्हां नाल गलबात करदे क्योंकि बाजी होरी भी कहिंदे काफ़ी ज़्यादा बीमार रहिंदे आ, तो इन्हां दे हवाले नाल बाजी होरां नाल गल करदे। अस्सलाम वालेकुम बाजी। वालेकुम सलाम। अच्छा बाजी दसो कि अपने घर दे विच कौन कमाण वाला वा, तो किस तरह अपना घर चलता है? भाई दो जने पहले कमाने वाले सिगे, एक मेरा मियाँ सिगा, वो भी पिछले साल बीमार हो गए से, ओदे वजह तो लूमा का काम तुहानू पता ही है किस तरह चलता वा। अच्छा। ते बेटी मेरी नाल काम करदी सी, ओदो फिर बड़ी मजबूरी बन गई सी। बेटी की काम करदी सी? सिलाई का काम करदी सी, मार्केट का कपड़ा सिलाई करदी सी, ट्राउजर शर्टा जो भी आई यानी कि सिलाई कर लेंदी सी। ਨਿਜ਼ਾਮ ਘਰ ਦਾ ਲੋਮਾਂ ਦੀ ਵਜ੍ਹਾ ਤੋਂ ਬਹੁਤ ਮੁਸ਼ਕਲ ਚੱਲਦਾ ਵਾ। ਪਹਿਲੇ ਅਸੀਂ ਕਿਸੇ ਦੇ ਘਰਾਂ ਦੇ ਕੰਮ ਕਰਦੇ ਸੀਗੇ, ਤੇ ਫਿਰ ਮੈਂ ਬਿਮਾਰ ਹੋਣ ਦੀ ਵਜ੍ਹਾ ਤੋਂ ਮੈਨੂੰ ਪਿਛਲੀ ਗਰਮੀਆਂ 'ਚ ਬਹੁਤ ਜ਼ਿਆਦਾ 2-3 ਵਾਰੀ ਅਟੈਕ ਹੋਇਆ, ਉਹਦੀ ਵਜ੍ਹਾ ਤੋਂ ਹੁਣ ਦਵਾਈ ਵੀ ਇੰਨੀ ਮਹਿੰਗੀ ਆਉਂਦੀ ਹੈ, ਉਹ ਵੀ ਨਹੀਂ ਲੈ ਸਕਦੇ, ਅਫੋਰਡ ਨਹੀਂ ਕਰ ਸਕਦੇ। ਹੋਸਪਿਟਲ 'ਚੋਂ 1 ਜਾਂ 2 ਪੱਤੇ ਦਵਾਈ ਦੇ ਬਸ ਦਿੰਦੇ ਆ। ਤੁਹਾਨੂੰ ਕਿਹੜੀ ਬਿਮਾਰੀ ਹੈਗੀ? ਮੈਨੂੰ ਪੱਠਿਆਂ ਦੀ ਕਮਜ਼ੋਰੀ ਹੋ ਗਈ ਸੀ, ਤੇ ਉਹਨਾਂ ਵਜ੍ਹਾ ਤੋਂ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਪੱਠੇ ਦਿਲ ਦੇ ਬਹੁਤ ਕਮਜ਼ੋਰ ਹੋ ਗਏ ਆ। ਅੱਛਾ। ਤੇ ਨਾਲ ਸ਼ੂਗਰ ਹੋ ਗਈ ਹੈ, ਨਾਲ ਬਲੱਡ ਪ੍ਰੈਸ਼ਰ ਦਾ ਮਸਲਾ ਵਾ। ਠੀਕ ਹੈ। ਤੇ ਹੁਣ ਬਾਹਰ ਮਜ਼ਦੂਰੀ ਵੀ ਨਹੀਂ ਕਰਨ ਜਾ ਸਕਦੀ ਹੈ। ਪਹਿਲੇ ਤੁਸੀਂ ਮਤਲਬ ਘਰਾਂ ਦੇ ਵਿੱਚ ਜਾ ਕੰਮ ਕਰਦੇ ਸੀ? ਹਾਂਜੀ, ਘਰਾਂ 'ਚ ਕੰਮ ਬੇਲੇ ਕਰਦੇ ਸੀ। ਤੇ ਹੁਣ ਕੌਣ ਕਮਾ ਰਿਹਾ ਇਸ ਟਾਈਮ ਤੁਹਾਡੇ ਘਰ? ਹੁਣ ਇਸ ਟਾਈਮ 1 ਜਣਾ ਕਮਾ ਰਿਹਾ ਵਾ। ਉਹਨਾਂ ਦੀ ਕਿੰਨੀ ਕੁ ਸੈਲਰੀ ਹੈ? ਉਹ ਹਫਤੇ ਦਾ ਯਾਨੀ ਕਿ 4-5 ਹਜ਼ਾਰ ਰੁਪਇਆ ਲੁਮਾ ਤੋਂ ਆਉਂਦਾ ਵਾਗਾ ਬਸ। ਹਫਤੇ ਦਾ 4-5 ਹਜ਼ਾਰ, ਮਤਲਬ ਤੁਸੀਂ ਦੇਖ ਲਓ ਕਿ ਮਹੀਨੇ ਦਾ 20 ਹਜ਼ਾਰ ਰੁਪਇਆ ਲਾ ਲਓ। ਹਾਂਜੀ। ਘਰ ਦਾ ਕਿਰਾਇਆ ਕਿੰਨਾ? ਘਰ ਦਾ ਕਿਰਾਇਆ 13 ਹਜ਼ਾਰ ਰੁਪਇਆ ਵਾ। 13 ਹਜ਼ਾਰ ਘਰ ਦਾ ਕਿਰਾਇਆ ਵਾ, 20 ਹਜ਼ਾਰ ਮਹੀਨੇ ਦੀ ਇਨਕਮ ਆਉਂਦੀ। ਬਿਜਲੀ ਦਾ ਬਿੱਲ ਕਿੰਨਾ ਆ ਜਾਂਦਾ? ਬਿਜਲੀ ਦਾ ਬਿੱਲ ਪਹਿਲੇ ਤਾਂ ਬਹੁਤ ਜ਼ਿਆਦਾ ਆਉਂਦਾ ਸੀ, ਉਹਨਾਂ ਨੇ ਮੀਟਰ ਸਹੀ ਕਰਵਾ ਕੇ ਦਿੱਤਾ ਵਾ। ਅੱਛਾ। ਤੇ ਹੁਣ 2500-3 ਹਜ਼ਾਰ ਰੁਪਇਆ ਬਿੱਲ ਆਉਂਦਾ ਵਾ। ਠੀਕ ਹੈ। ਕਿਸ ਤਰ੍ਹਾਂ ਮਤਲਬ ਹੁਣ ਗੁਜ਼ਾਰਾ ਆਪਣਾ ਹੋ ਰਿਹਾ? ਗੁਜ਼ਾਰਾ ਇਸ ਤਰ੍ਹਾਂ ਹੀ ਹੋ ਰਿਹਾ ਕਿ ਬਸ ਯਾਨੀ ਕਿ ਕੋਈ ਭੈਣ ਭਰਾ ਜੇ ਸੌਖਾ ਵਾ ਤਾਂ ਉਹ ਥੋੜ੍ਹੀ ਬਹੁਤੀ ਇਮਦਾਦ ਮਹੀਨੇ 'ਚ ਕਰ ਦਿੰਦੇ ਹੈਗੇ। ਠੀਕ ਹੈ। ਤੇ ਗੁਜ਼ਾਰਾ ਹੋਈ ਜਾ ਰਿਹਾ ਵਾ। ਠੀਕ ਹੈ। ਤੇ ਹੁਣ ਬਾਈ ਉਹਨਾਂ ਨੂੰ ਕਿਹਾ ਸੀਗਾ ਜੀ ਜੀ, ਤੇ ਇਹਨਾਂ ਨੇ ਕਿਹਾ ਕਿ ਚਲੋ ਮੈਂ ਕੁਛ ਕਰਵਾ ਦਿੰਦਾ ਵਾ ਜੀ ਜੀ, ਯਾਨੀ ਕਿ ਕੋਈ ਹੋਰ ਵਸਾਇਲ ਨਹੀਂ, ਕੋਈ ਕੰਮ ਨਹੀਂ ਹੈਗਾ, ਕੰਮ ਜੋ ਘਰ 'ਚ ਬਹਿ ਕੇ ਅਸੀਂ ਕਰ ਸਕੀਏ। ਅੱਛਾ ਅੱਛਾ। ਤੁਸੀਂ ਅਗਰ ਤੁਹਾਨੂੰ ਕੋਈ ਘਰ ਦੇ ਵਿੱਚ ਕੋਈ ਕੰਮ ਸ਼ੁਰੂ ਕਰਾ ਦਿੱਤਾ ਜਾਵੇ ਤੁਸੀਂ ਉਹ ਕਰ ਲਓਗੇ? ਹਾਂਜੀ, ਅਸੀਂ ਕਰ ਲਵਾਂਗੇ। ਠੀਕ ਹੈ। ਅੱਛਾ, ਤੇ ਮਤਲਬ ਤੁਹਾਡੀ ਜਿਹੜੀ ਤੁਹਾਨੂੰ ਸ਼ੂਗਰ ਹੈ, ਸ਼ੂਗਰ ਦੇ ਹਵਾਲੇ ਨਾਲ ਕਿਹੜੀ ਕੋਈ ਦਵਾਈ ਮੈਡੀਸਨ ਖਾ ਰਹੇ ਜੀ? ਹਾਂਜੀ, ਖਾ ਰਹੇ ਹਾਂ। ਉਹਨਾਂ ਦਾ ਕਿੰਨਾ ਖਰਚਾ ਆ ਜਾਂਦਾ? ਤਕਰੀਬਨ ਉਹ ਪਹਿਲੇ ਤੇ ਹਫਤੇ ਦੀ ਲਿਆਈ ਦੀ ਸੀਗੀ, 3,350 ਦੀ ਦਵਾਈ ਆਂਦੀ ਸੀਗੀ। ਅੱਛਾ। ਤੇ ਹੁਣ ਯਾਨੀ ਕਿ ਸਸਤੀ ਦਵਾਈ ਲੈਣ ਲੱਗ ਗਏ, ਕੋਈ ਸਟੋਰ ਤੋਂ ਲੈ ਲਈਦੀ, ਕੋਈ ਹਸਪੀਟਲ 'ਚ ਲੈਣ ਲੱਗ ਕੇ ਜਾ ਕੇ ਉੱਥੋਂ ਲੈ ਲਈਦੀ ਹੈਗੀ। ਸਹੀ। ਤੇ ਉੱਥੋਂ ਵੀ ਹੁਣ ਬਹੁਤ ਕੰਮ ਦੇਣ ਲੱਗ ਗਏ, ਦਵਾਈ ਪਹਿਲੇ ਜ਼ਿਆਦਾ ਦਿੰਦੇ ਸੀਗੇ, ਮੁਕੰਮਲ ਹੀ ਦਵਾਈ ਅੰਦਰੋਂ ਮਿਲਦੀ ਸੀ, ਤੇ ਹੁਣ ਉਹ 2 ਜਾਂ 3 ਪੱਤੇ ਦਿੰਦੇ, ਬਾਕੀ ਸਾਰੀ ਬਾਹਰੋਂ ਫੋਰਡ ਕਰਨੀ ਪੈਂਦੀ। ਕਦੀ ਇਰਫਾਨ ਬਾਈ ਲੈ ਲੈਂਦਾ ਵਾ, ਕਦੀ ਕਿਸੇ ਨੂੰ ਕਹਿ ਕੇ ਲੈ ਲੈਂਦੀ ਹਾਂ, ਗਲੀ 'ਚ 1-2 ਘਰ ਆ ਗਏ, ਕਦੀ ਉਹਨਾਂ ਨੂੰ ਕਹਿ ਦੇਈਦਾ ਮਹੀਨੇ ਦੀ ਦਵਾਈ ਉਹ ਲੈ ਦੇਣ, ਜਾਂ 15 ਦਿਨਾਂ ਦੀ ਲੈ ਦੇਣ ਉਹ ਲੈ ਦਿੰਦੇ ਆ। ਅੱਛਾ। ਹਾਂਜੀ। ਤੁਸੀਂ ਦੇਖਿਆ ਕਿ 20-25 ਹਜ਼ਾਰ ਰੁਪਇਆ ਮਹੀਨੇ ਦਾ ਕਮਾਉਣ ਵਾਲਾ, ਔਰ 13 ਹਜ਼ਾਰ ਰੁਪਇਆ ਘਰ ਦਾ ਬਿੱਲ, ਕਿਰਾਇਆ 2500 ਕਿਰਾਇਆ, ਗੈਸ ਦਾ ਬਿੱਲ, ਮਤਲਬ ਸਾਰੇ ਮਿਲਾ ਕੇ ਟੋਟਲ ਤਕਰੀਬਨ ਉਹਨਾਂ ਘਰ ਦਾ ਕੋਈ 30 ਹਜ਼ਾਰ ਰੁਪਇਆ ਖਰਚਾ ਵਾ, ਔਰ ਜਿਹੜੀ ਸੈਲਰੀ ਆ 20 ਹਜ਼ਾਰ ਰੁਪਇਆ ਸੈਲਰੀ ਆ।
ਇਹਦੇ ਹਵਾਲੇ ਨਾਲ ਇਹੀ ਸਾਡੀ ਲੋਕਾਂ ਅੱਗੇ ਵੀ ਰਿਕੁਐਸਟ ਹੀ ਆ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਜਿਹੜੇ ਘਰਾਂ ਦੇ ਵਿੱਚ ਬੈਠੇ ਹੁੰਦੇ ਆ, ਇਹਨਾਂ ਦੀ ਤੁਸੀਂ ਦਿਲ ਖੋਲ੍ਹ ਕੇ ਖਿਦਮਤ ਕਰਿਆ ਕਰੋ ਤਾਂ ਕਿ ਇਹ ਜਿਹੜੇ ਲੋਕ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਂਦੇ, ਲੋਕ ਖੁਦ ਬ ਖੁਦ ਹੀ ਇਹਨਾਂ ਨੂੰ ਆ ਕੇ ਦੇਖਦੇ। ਕਿਉਂਕਿ ਦੇਖੋ ਮਤਲਬ ਅਗਰ ਇਹ ਬਾਜੀ ਹੋਣੀ ਠੀਕ ਹੋਣ ਤਾਂ ਕਿਸੇ ਦਾ ਦਿਲ ਕਰਦਾ ਕਿ ਯਾਰ ਮੈਂ ਕਿਸੇ ਦੇ ਅੱਗੇ ਜਾ ਕਹਾਂ ਕਿ ਯਾਰ ਮੈਨੂੰ ਕਿਸ ਚੀਜ਼ ਦੀ ਜ਼ਰੂਰਤ ਹੈਗੀ ਹੈ, ਨਹੀਂ ਕਰਦਾ। ਜਿਸ ਤਰ੍ਹਾਂ ਕਿ ਅਸੀਂ ਆਪਣੇ ਬੱਚਿਆਂ ਨਾਲ ਬੱਚਿਆਂ ਦੀ ਖਿਦਮਤ ਕਰਦੇ, ਬੱਚਿਆਂ ਵਾਸਤੇ ਸੂਟ ਕੱਪੜੇ ਲੈਣੇ, ਈਦ ਆ ਰਹੀ ਆ, ਤੇ ਇਸ ਤਰ੍ਹਾਂ ਹੀ ਇਹਨਾਂ ਦੇ ਬਾਜੀ ਹੋਣਾਂ ਦੇ ਬੱਚਿਆਂ ਦਾ ਦਿਲ ਕਰਦਾ ਹੋਵੇਗਾ ਕਿ ਸਾਡੇ ਵੀ ਬੱਚਿਆਂ ਵਾਸਤੇ ਸੂਟ ਕੱਪੜੇ ਦੀ ਜ਼ਰੂਰਤ ਹੈਗੀ ਆ, ਅਸੀਂ ਵੀ ਲੈਣੇ ਆ। ਲੇਕਿਨ ਹਾਲਾਤ ਇਸ ਤਰ੍ਹਾਂ ਦੇ ਖਰਾਬ ਹੋਏ ਪਏ, ਹਾਲਾਤ ਇਦਾਂ ਦੇ ਹੋਏ ਪਏ ਕਿ 20,000 ਰੁਪਇਆ ਸੈਲਰੀ ਲੈ ਕੇ ਕੀ ਬੰਦਾ ਕਰੇਗਾ। ਤੇ ਇਹਦੇ ਹਵਾਲੇ ਨਾਲ ਬਾਜੀ ਹੁਣ ਮੈਨੂੰ ਤੁਸੀਂ ਇਹ ਦੱਸ ਦਿਓ ਕਿ ਮਤਲਬ ਅਸੀਂ ਤੁਹਾਡੇ ਵਾਸਤੇ ਕੀ ਕਰ ਸਕਦੇ ਹਾਂ, ਕਿਸ ਤਰ੍ਹਾਂ ਤੁਹਾਡੀ ਹੈਲਪ ਹੋ ਸਕਦੀ ਹੈ, ਤੁਸੀਂ ਉਹ ਦੱਸ ਦਿਓ ਕਿ ਅਸੀਂ ਉਹ ਤੁਹਾਡਾ ਹੈਲਪ ਕਰ ਦਿੰਦੇ। ਕੀ ਬਈ ਤੁਸੀਂ ਤੁਹਾਡੀ ਮਿਹਰਬਾਨੀ ਹੋਏਗੀ, ਕੋਈ ਮਸ਼ੀਨ ਦਾ ਸਿਸਟਮ ਕਰ ਦਿਓ। ਚਲੋ ਮੇਰੀ ਬੱਚੀ ਘਰ ਮਜ਼ਦੂਰੀ ਕਰੂਗੀ, ਬਾਹਰੋਂ ਦੋ ਕੋਈ ਕੱਪੜੇ ਲਿਆ ਕੇ ਸਿਲਾਈ ਵਾਸਤੇ ਮਿਲ ਜਾ ਕਰਨਗੇ, ਠੀਕ ਤੇ ਹੈ। ਯਾਨੀ ਕਿ ਕੋਈ ਬਾਜ਼ਾਰ ਦਾ ਕੰਮ ਜਿਸ ਤਰ੍ਹਾਂ ਪਹਿਲੇ ਕਰਦੇ ਸੀ, ਕਦੀ ਮੈਂ ਪਹਿਲੇ ਵੀ ਨਹੀਂ ਸੀ ਕਿਸੇ ਨੂੰ ਕਿਹਾ ਹੈਗਾ, ਯਾਨੀ ਕਿ ਆਪਣਾ ਨਿਜ਼ਾਮ ਅਸੀਂ ਆਪ ਹੀ ਚਲਾਈਦਾ ਸੀ ਮਿਹਨਤ ਮਜ਼ਦੂਰੀ ਕਰਕੇ, ਸਹੀ। ਤੇ ਹੁਣ ਯਾਨੀ ਕਿ ਹਾਲਾਤ ਜ਼ਿਆਦਾ ਖਰਾਬ ਹੋਣ ਦੀ ਵਜ੍ਹਾ ਤੋਂ ਇਸ ਤਰ੍ਹਾਂ ਯਾਨੀ ਕਿ ਕਹਿਣਾ ਪਿਆ, ਤੇ ਜਾਂ ਮਸ਼ੀਨ ਦੀ ਹੈਲਪ ਹੋ ਜਾਊਗੀ ਤੇ ਬੜੀ ਮਿਹਰਬਾਨੀ ਹੋਊਗੀ। ਇਨਸ਼ਾਅੱਲਾ ਅਸੀਂ ਕੋਸ਼ਿਸ਼ ਪੂਰੀ ਕਰਾਂਗੇ, ਫਿਲਹਾਲ ਤੇ ਅਸੀਂ ਜਿੰਨਾ ਕੁ ਹੋ ਸਕੇ ਅਸੀਂ ਉਹ ਕਰਾਂਗੇ ਬਾਜੀ। ਇਨਸ਼ਾਅੱਲਾ ਤਾਲਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਮਤਲਬ ਕਿ ਜਿੰਨਾ ਕੁ ਹੋ ਸਕੇ ਜਿੰਨਾ ਲੋਕ ਸਾਡੇ ਉਹ ਮਤਲਬ ਕਿ ਲੋਕ ਸਾਡੇ ਤੱਕ ਪਹੁੰਚਾਉਣਗੇ, ਅਸੀਂ ਪੂਰੇ ਜਿਹੜੇ ਹੱਕਦਾਰ ਹੋਣਗੇ ਉਹਨਾਂ ਤੱਕ ਪਹੁੰਚਾਵਾਂਗੇ। ਫਿਲਹਾਲ ਅਸੀਂ ਹੁਣ ਬਾਜੀ ਹੋਰਾਂ ਵਾਸਤੇ ਮਤਲਬ ਕਿ ਤਕਰੀਬਨ ਕੋਈ 1 ਮਹੀਨੇ ਤੱਕ ਜਿਹੜਾ ਰਾਸ਼ਨ ਆ ਨਾ ਉਹ ਅਸੀਂ ਲੈ ਕੇ ਆਏ ਹਾਂ ਔਰ ਇਹਨਾਂ ਬਾਜੀ ਹੋਰਾਂ ਨੂੰ ਦੇ ਰਹੇ ਹਾਂ ਤਾਂ ਕਿ ਮਤਲਬ ਥੋੜ੍ਹਾ ਬਹੁਤਾ ਗੁਜ਼ਾਰਾ ਹੋ ਸਕੇ। ਗੁਜ਼ਾਰਾ ਤਾਂ ਬਹੁਤ ਮੁਸ਼ਕਿਲ ਆ, ਇੱਕ ਰਾਸ਼ਨ ਦੇਣ ਨਾਲ ਕੋਈ ਫਰਕ ਨਹੀਂ ਪੈ ਜਾਣਾ ਜਾਂ ਕੁਛ ਨਹੀਂ ਹੋ ਜਾਣਾ, ਲੇਕਿਨ ਚਲੋ ਕੁਝ ਚੰਦ ਦਿਨ ਜਿਹੜੇ ਕਿ ਅੱਛੇ ਗੁਜ਼ਰ ਜਾਣਗੇ। ਈਦ ਆਉਣ ਵਾਲੀ ਹੈ, ਈਦ ਤੇ ਹਰ ਬੰਦੇ ਦੇ ਘਰ ਦੇ ਵਿੱਚ ਖਾਣੇ ਪੀਣ ਵਾਸਤੇ ਅੱਛੀਆਂ ਚੀਜ਼ਾਂ ਹੁੰਦੀਆਂ ਵਾ, ਲੇਕਿਨ ਅਗਰ ਇਹ ਇਸ ਤਰ੍ਹਾਂ ਦੇ ਜਿਹੜੇ ਲੋਕ ਆ ਉਹਨਾਂ ਤੱਕ ਵੀ ਅੱਛੀਆਂ ਚੀਜ਼ਾਂ ਪਹੁੰਚਣਗੀਆਂ ਔਰ ਖਾਣਗੇ ਔਰ ਉਹ ਦਿਲੋਂ ਦੁਆਵਾਂ ਦੇਣਗੇ। ਫਿਲਹਾਲ ਜਿਹੜਾ ਕਿ ਅਸੀਂ ਜਿਹੜਾ ਕਿ ਮਤਲਬ ਹੈ ਹੁਣ ਬਾਜੀਆਂ ਤੱਕ ਰਾਸ਼ਨ ਪਹੁੰਚਾ ਰਹੇ, ਇਹਨਾਂ ਦੇ ਵਿੱਚ ਰਾਣਾ ਆਸਿਫ ਔਰ ਰਾਣਾ ਅਬਦੁਲ ਜਬਾਰ ਜਿਨ੍ਹਾਂ ਨੇ ਸਾਡੇ ਨਾਲ ਮਤਲਬ ਕਿ ਰਾਬਤਾ ਕੀਤਾ ਔਰ ਉਹਨਾਂ ਦੇ ਤਬਸਮ ਨਾਲ ਅਸੀਂ ਬਾਜੀ ਹੋਣਾਂ ਤੱਕ ਰਾਸ਼ਨ ਪਹੁੰਚਾ ਰਹੇ ਹਾਂ। ਫਿਲਹਾਲ ਅਸੀਂ ਇੱਕ ਫੈਮਿਲੀ ਨੂੰ ਰਾਸ਼ਨ ਦੇ ਰਹੇ ਹਾਂ ਔਰ ਬਾਕੀ ਜਿਹੜੀਆਂ ਹੋਰ ਮਜ਼ੀਦ ਫੈਮਿਲੀ ਹੋਣਗੀਆਂ ਉਹਨਾਂ ਨਾਲ ਵੀ ਅਸੀਂ ਰਾਬਤਾ ਕਰਾਂਗੇ ਔਰ ਉਹਨਾਂ ਤੱਕ ਵੀ ਅਸੀਂ ਘਰ ਜਾ ਕੇ ਕਿਸੇ ਨੂੰ ਅਸੀਂ ਜ਼ਲੀਲ ਨਹੀਂ ਕਰਾਂਗੇ, ਕਿਸੇ ਤਜ਼ਲੀਲ ਨਹੀਂ ਕਰਾਂਗੇ ਕਿ ਅਸੀਂ ਬੁਲਾਵਾਂਗੇ ਤੁਸੀਂ ਫਲਾਂ ਜਗ੍ਹਾ ਤੇ ਆ ਜਾਓ ਅਸੀਂ ਤੁਹਾਨੂੰ ਦਾਂਗੇ। ਅਸੀਂ ਖੁਦ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਅਸੀਂ ਰਾਸ਼ਨ ਦੇਵਾਂਗੇ। ਔਰ ਦੂਸਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਲੋਕ ਅਕਸਰ ਕਹਿੰਦੇ ਕਿ ਯਾਰ ਤੁਸੀਂ ਇੱਕ ਰਾਸ਼ਨ ਦੇ ਰਹੇ ਕਿ ਤੁਸੀਂ ਵੀਡੀਓ ਬਣਾ ਰਹੇ। ਵੀਡੀਓ ਬਣਾਉਣ ਦਾ ਮਕਸਦ ਸਿਰਫ ਮੇਰਾ ਭਾਈ ਇਹ ਹੈ ਕਿ ਲੋਕ ਵੀਡੀਓ ਦੇਖ ਕੇ ਹੀ ਇਸ ਤਰ੍ਹਾਂ ਦੇ ਹੱਕਦਾਰ ਜਿਹੜੇ ਹੁੰਦੇ ਉਹਨਾਂ ਤੱਕ ਪਹੁੰਚਾਉਂਦੇ ਆ, ਔਰ ਇਹ ਜਿਹੜੇ ਲੋਕ ਆ ਬਾਹਰ ਮੰਗਣ ਨਹੀਂ ਜਾ ਸਕਦੇ ਹੈਗੇ ਜਾਂ ਬਾਹਰ ਕਿਤੇ ਬੈਠ ਕੇ ਕਿਤੇ ਆਪਣੀ ਚਾਦਰ ਨਹੀਂ ਵਿਛਾ ਸਕਦੇ ਕਿ ਸਾਨੂੰ ਕੋਈ ਸਾਡੀ ਹੈਲਪ ਕਰ ਦਿਓ। ਇਹ ਲੋਕ ਘਰ ਬੈਠੇ ਆ, ਅਸੀਂ ਵੀਡੀਓ ਬਣਾਉਣ ਦਾ ਮਕਸਦ ਇਹ ਕਿ ਇਹਨਾਂ ਲੋਕਾਂ ਨੂੰ ਤੁਸੀਂ ਵੇਖੋ ਇਹਨਾਂ ਦੇ ਹਾਲਾਤ ਕਿੰਨੇ ਮਾੜੇ, ਇਹਨਾਂ ਨੂੰ ਵੇਖ ਕੇ ਹੀ ਤੁਸੀਂ ਜਿਹੜੇ ਹੋਰ ਲੋਕਾਂ ਨੂੰ ਦੇਖ ਕੇ ਲੋਕਾਂ ਨੂੰ ਆਏਗਾ ਕਿ ਯਾਰ ਅਸੀਂ ਚਲੋ ਜ਼ਿਆਦਾ ਨਹੀਂ, ਅਸੀਂ 100 ਰੁਪਏ ਦੀ ਕਰ ਦਿੰਦੇ ਹਾਂ, 200 ਦੇ ਦਿੰਦੇ, 1,000 ਦੇ ਦਿੰਦੇ, 500, ਜਿਸ ਦਿਨ ਜਿੰਨਾ ਕੁ ਹੋ ਸਕੇ ਆਪਣੇ ਹਸਬੇ ਤਫੀਕ ਲੋਕ ਇਹਨਾਂ ਇਹਨਾਂ ਇਹੋ ਜਿਹੇ ਲੋਕਾਂ ਦੀ ਖਿਦਮਤ ਕਰੇ ਤਾਂ ਕਿ ਇਹੋ ਜਿਹੇ ਜਿਹੜੇ ਲੋਕ ਆ ਆਪਣਾ ਕੋਈ ਛੋਟਾ ਮੋਟਾ ਕਾਰੋਬਾਰ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲ ਸਕਣ।